ਪਲਟ ਗਿਆ 7 ਕਰੋੜ ਦੇ ਕੈਸ਼ ਨਾਲ ਭਰਿਆ ਆਟੋ। ਇੰਨੇ ਪੈਸੇ ਦੇਖ ਉੱਡੇ ਲੋਕਾਂ ਦੇ ਹੋਸ਼। ਫਲਾਂ ਦੀਆਂ ਪੇਟੀਆਂ 'ਚ ਲੁਕੋ ਕੇ ਲਿਜਾ ਰਹੀ ਸੀ ਕਰੋੜਾਂ ਰੁਪਏ। ਐਕਸੀਡੈਂਟ ਹੋਇਆ, ਪਲਟਿਆ ਆਟੋ, ਖੁੱਲ ਗਈ ਪੋਲ ਤਾਂ ਇੱਕ ਟੈਂਪੂ ਜਿਸ ਦੇ ਅੰਦਰ 7 ਕਰੋੜ ਰੁਪਏ ਕੈਸ਼ ਭਰਿਆ ਹੋਇਆ ਸੀ। 500 ਦੇ, 100 ਦੇ ਅਤੇ 200 ਦੇ ਨੋਟਾਂ ਦੇ ਢੇਰ ਇਸ ਟੈਂਪੂ ਦੇ ਅੰਦਰ ਲੱਗੇ ਹੋਏ ਸੀ ਤੇ ਟੈਂਪੂ ਦੇ ਵਿੱਚ ਫਲਾਂ ਦੀਆਂ ਪੇਟੀਆਂ ਤੇ ਫਲਾਂ ਦੀਆਂ ਪੇਟੀਆਂ ਦੇ ਅੰਦਰ 7 ਕਰੋੜ ਰੁਪਏ। ਚੋਣ ਜ਼ਾਬਤਾ ਲੱਗਿਆ ਹੋਇਆ ਏ। ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਇੰਨਾ ਕੈਸ਼ ਉਹ ਵੀ ਇੱਕ ਆਟੋ 'ਚ ਬਰਾਮਦ ਹੋਇਆ। ਜੇਕਰ ਇਸ ਆਟੋ ਦਾ ਐਕਸੀਡੈਂਟ ਨਾ ਹੁੰਦਾ ਤਾਂ ਲੋਕਾਂ ਨੂੰ ਪਤਾ ਵੀ ਨਹੀਂ ਚੱਲਣਾ ਸੀ ਕਿ ਆਖਿਰਕਾਰ ਆਟੋ ਦੇ ਵਿੱਚ ਪਿਆ ਕੀ ਏ। ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਆਂਧਰ ਪ੍ਰਦੇਸ਼ ਦੀਆਂ, ਜਿੱਥੇ ਸ਼ਨੀਵਾਰ ਦੇਰ ਰਾਤ ਨੂੰ ਗੋਦਾਵਰੀ ਜ਼ਿਲ੍ਹੇ ਦੇ ਕੋਲ ਇੱਕ ਆਟੋ ਜਿਸ ਦੇ ਅੰਦਰ 7 ਪੇਟੀਆਂ ਜਿਨ੍ਹਾਂ ਦੇ ਅੰਦਰ 7 ਕਰੋੜ ਰੁਪਏ ਮਿਲੇ ਨੇ। ਇੱਕ ਪੇਟੀ ਦੇ ਅੰਦਰ 1 ਕਰੋੜ। 500 ਦੇ ਨੋਟਾਂ ਦੀਆਂ ਗੱਡੀਆਂ ਦੇਖੋ, ਇੰਨੇ ਸਾਰੇ ਪੈਸੇ ਨੇ ਕਿ ਪੂਰਾ ਮੰਜਾ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਆਟੋ ਦੀ ਇੱਕ ਟਰੱਕ ਦੇ ਨਾਲ ਟੱਕਰ ਹੁੰਦੀ ਹੈ ਜਿਸ ਕਰਕੇ ਆਟੋ ਪਲਟ ਜਾਂਦਾ ਏ। ਪਲਟਣ ਦੇ ਨਾਲ ਪੇਟੀਆਂ ਸੜਕਾਂ ਤੇ ਖਿਲਰੀਆਂ ਤੇ ਪੇਟੀਆਂ ਟੁੱਟਣ ਦੇ ਵਿੱਚੋਂ ਨਿਕਲੇ ਕਰੋੜਾਂ ਰੁਪਏ। ਸਾਰੇ ਪੈਸੇ ਦੇਖ ਲੋਕਾਂ ਦੇ ਹੋਸ਼ ਉੜ ਗਏ ਤੇ ਪੁਲਿਸ ਵਾਲਿਆਂ ਦੀ ਨੀਂਦ ਖੁੱਲ ਗਈ। ਤਾਂ ਦੱਸ ਦਈਏ ਕਿ 7 ਕਰੋੜ ਰੁਪਏ ਬਰਾਮਦ ਕਰਨ ਦੇ ਬਾਅਦ ਪੁਲਿਸ ਨੇ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਹੁਣ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰਕਾਰ ਇਹ 7 ਕਰੋੜ ਰੁਪਏ ਹੈ ਕਿਸ ਦੇ। ਜੇਕਰ ਇਹ ਐਕਸੀਡੈਂਟ ਨਾ ਹੁੰਦਾ ਤਾਂ ਪੋਲ ਹੀ ਨਹੀਂ ਖੁੱਲਣੀ ਸੀ। ਤਾਂ ਕਹਿ ਸਕਦੇ ਹੋ ਤੁਸੀਂ ਕਿ ਕਈ ਵਾਰ ਐਕਸੀਡੈਂਟ ਚੰਗੇ ਹੁੰਦੇ ਨੇ। ਪਲਟ ਗਿਆ 7 ਕਰੋੜ ਦੇ ਕੈਸ਼ ਨਾਲ ਭਰਿਆ ਆਟੋ। ਇੰਨੇ ਪੈਸੇ ਦੇਖ ਉੱਡੇ ਲੋਕਾਂ ਦੇ ਹੋਸ਼। ਫਲਾਂ ਦੀਆਂ ਪੇਟੀਆਂ 'ਚ ਲੁਕੋ ਕੇ ਲਿਜਾ ਰਹੀ ਸੀ ਕਰੋੜਾਂ ਰੁਪਏ। ਐਕਸੀਡੈਂਟ ਹੋਇਆ, ਪਲਟਿਆ ਆਟੋ, ਖੁੱਲ ਗਈ ਪੋਲ ਤਾਂ ਇੱਕ ਟੈਂਪੂ ਜਿਸ ਦੇ ਅੰਦਰ 7 ਕਰੋੜ ਰੁਪਏ ਕੈਸ਼ ਭਰਿਆ ਹੋਇਆ ਸੀ। 500 ਦੇ, 100 ਦੇ ਅਤੇ 200 ਦੇ ਨੋਟਾਂ ਦੇ ਢੇਰ ਇਸ ਟੈਂਪੂ ਦੇ ਅੰਦਰ ਲੱਗੇ ਹੋਏ ਸੀ ਤੇ ਟੈਂਪੂ ਦੇ ਵਿੱਚ ਫਲਾਂ ਦੀਆਂ ਪੇਟੀਆਂ ਤੇ ਫਲਾਂ ਦੀਆਂ ਪੇਟੀਆਂ ਦੇ ਅੰਦਰ 7 ਕਰੋੜ ਰੁਪਏ। ਚੋਣ ਜ਼ਾਬਤਾ ਲੱਗਿਆ ਹੋਇਆ ਏ। ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਇੰਨਾ ਕੈਸ਼ ਉਹ ਵੀ ਇੱਕ ਆਟੋ 'ਚ ਬਰਾਮਦ ਹੋਇਆ। ਜੇਕਰ ਇਸ ਆਟੋ ਦਾ ਐਕਸੀਡੈਂਟ ਨਾ ਹੁੰਦਾ ਤਾਂ ਲੋਕਾਂ ਨੂੰ ਪਤਾ ਵੀ ਨਹੀਂ ਚੱਲਣਾ ਸੀ ਕਿ ਆਖਿਰਕਾਰ ਆਟੋ ਦੇ ਵਿੱਚ ਪਿਆ ਕੀ ਏ। ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਆਂਧਰ ਪ੍ਰਦੇਸ਼ ਦੀਆਂ, ਜਿੱਥੇ ਸ਼ਨੀਵਾਰ ਦੇਰ ਰਾਤ ਨੂੰ ਗੋਦਾਵਰੀ ਜ਼ਿਲ੍ਹੇ ਦੇ ਕੋਲ ਇੱਕ ਆਟੋ ਜਿਸ ਦੇ ਅੰਦਰ 7 ਪੇਟੀਆਂ ਜਿਨ੍ਹਾਂ ਦੇ ਅੰਦਰ 7 ਕਰੋੜ ਰੁਪਏ ਮਿਲੇ ਨੇ। ਇੱਕ ਪੇਟੀ ਦੇ ਅੰਦਰ 1 ਕਰੋੜ। 500 ਦੇ ਨੋਟਾਂ ਦੀਆਂ ਗੱਡੀਆਂ ਦੇਖੋ, ਇੰਨੇ ਸਾਰੇ ਪੈਸੇ ਨੇ ਕਿ ਪੂਰਾ ਮੰਜਾ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਆਟੋ ਦੀ ਇੱਕ ਟਰੱਕ ਦੇ ਨਾਲ ਟੱਕਰ ਹੁੰਦੀ ਹੈ ਜਿਸ ਕਰਕੇ ਆਟੋ ਪਲਟ ਜਾਂਦਾ ਏ। ਪਲਟਣ ਦੇ ਨਾਲ ਪੇਟੀਆਂ ਸੜਕਾਂ ਤੇ ਖਿਲਰੀਆਂ ਤੇ ਪੇਟੀਆਂ ਟੁੱਟਣ ਦੇ ਵਿੱਚੋਂ ਨਿਕਲੇ ਕਰੋੜਾਂ ਰੁਪਏ। ਸਾਰੇ ਪੈਸੇ ਦੇਖ ਲੋਕਾਂ ਦੇ ਹੋਸ਼ ਉੜ ਗਏ ਤੇ ਪੁਲਿਸ ਵਾਲਿਆਂ ਦੀ ਨੀਂਦ ਖੁੱਲ ਗਈ। ਤਾਂ ਦੱਸ ਦਈਏ ਕਿ 7 ਕਰੋੜ ਰੁਪਏ ਬਰਾਮਦ ਕਰਨ ਦੇ ਬਾਅਦ ਪੁਲਿਸ ਨੇ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਹੁਣ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰਕਾਰ ਇਹ 7 ਕਰੋੜ ਰੁਪਏ ਹੈ ਕਿਸ ਦੇ। ਜੇਕਰ ਇਹ ਐਕਸੀਡੈਂਟ ਨਾ ਹੁੰਦਾ ਤਾਂ ਪੋਲ ਹੀ ਨਹੀਂ ਖੁੱਲਣੀ ਸੀ। ਤਾਂ ਕਹਿ ਸਕਦੇ ਹੋ ਤੁਸੀਂ ਕਿ ਕਈ ਵਾਰ ਐਕਸੀਡੈਂਟ ਚੰਗੇ ਹੁੰਦੇ ਨੇ।